ਪਰਿਵਾਰਾਂ ਦੇ ਹੁੰਦੇ ਸੁਣਦਿਆਂ ਵੀ ਕੁਛ ਲੋਕਾਂ ਨੂੰ ਬੇਸਹਾਰਾ ਜਿਹੜਾ ਜ਼ਿੰਦਗੀ ਦਾ ਜੀਵਨ ਜਿਹੜਾ ਉਹ ਬਤੀਤ ਕਰਨਾ ਪੈਂਦਾ ਹੈ। ਕੋਈ ਪੁੱਛਦਾ ਨਹੀਂ, ਕਿਸੇ ਦਾ ਨਹੀਂ, ਫਿਰ ਰਹਿਣਾ ਪੈ ਜਾਂਦਾ। ਅੱਛਾ, ਬੱਚੇ ਹੈਗੇ ਤੁਹਾਡੇ? ਬੱਚੇ ਨਹੀਂ ਹੈਗੇ। ਅੱਛਾ, ਤੀਜੇ ਹੈਗੇ। ਤੀਜੇ ਹੈਗੇ ਆ। ਜ਼ਮੀਨ ਜਾਇਦਾਦ ਹੈਗੀ ਤੁਹਾਡੇ ਕੋਲ? ਨਹੀਂ, ਜ਼ਮੀਨ ਜਾਇਦਾਦ ਪਰ ਹੈਗੀ, ਪਰ ਕਿਆ ਕਰੂੰਗੇ ਜੀ, ਜਾਂ ਕੋਈ ਪੁੱਛਦਾ ਨਹੀਂ ਘਰਾਂ ਜੀ। ਇਹਨਾਂ ਕੋਲ ਰਹਿੰਦੇ ਹਾਂ, ਅਸੀਂ ਜੇ ਛੱਡ ਦਿੱਤਾ ਅਸੀਂ ਲੈਣਾ ਕਿਆ? ਸਾਡਾ ਮਾਂ ਬਾਪ ਬੈਠਾ, ਸਾਨੂੰ ਸੰਭੀਲਿਆ, ਸਾਨੂੰ ਸਾਂਭਿਆ। ਫਿਰ ਜੀ ਮੈਨੂੰ ਨਿਆਣਿਆਂ ਨੇ ਕੁੱਟੀਆਂ ਮੇਰੀਆਂ। ਅੱਛਾ। ਮੈਂ ਫਿਰ ਉੱਥੇ ਆਪਣੀ ਭੈਣ ਕੋਲ ਆ ਗਈ, ਉੱਥੇ ਕਈ ਸਾਲ ਰਹੀ, ਫਿਰ ਮੈਂ ਆਪਣੇ ਪੇਕੀ ਆ ਗਈ ਗਗਰਾਲੇ। ਕਿੰਨੇ ਕਿੰਨੇ ਬੱਚੇ ਤੁਹਾਡੇ? ਬੱਚੇ ਤਿੰਨ ਨੇ ਤੁਹਾਡੀ ਵਰਗੀ। ਅੱਛਾ। ਮੁੰਡੇ ਹੀ ਮੁੰਡੇ ਨੇ, ਕੁੜੀ ਕੋਈ ਨਹੀਂ ਹੈਗੀ। ਫਿਰ ਮਨ ਜੁੜਦਾ ਬਾਈ, ਕੁਛ ਕਹਿ ਨਹੀਂ ਸਕਦੀ ਮੈਂ, ਬੜਾ ਮਨ ਦੁਖੀ ਹੁੰਦਾ। ਜੀ ਅੱਜ ਤਿੰਨ ਬੱਚੇ ਹੋਣ, ਮਾਂ ਧੱਕੇ ਖਾਂਦੀ ਫਿਰਦੀ ਹੋਵੇ, ਫਿਰ ਕੀ ਫਾਇਦਾ। ਉਸ ਬਜ਼ੁਰਗ ਇੱਦਾਂ ਦੇ ਆ ਜਿਨ੍ਹਾਂ ਦਾ ਅੱਗੇ ਪਿੱਛੇ ਹੈ ਨਹੀਂ ਕੋਈ, ਭਤੀਜੇ ਭਤੂਜੇ ਵਗੈਰਾ ਹੈਗੇ ਆ, ਪਰ ਲੇਕਿਨ ਉਹਨਾਂ ਦੀ ਜਦੋਂ ਨਾ ਕੇਅਰ ਹੋਈ ਤਾਂ ਉਹਨਾਂ ਨੇ ਸਾਡੇ ਇਸ ਆਸ਼ਰਮ ਦਾ ਸਹਾਰਾ ਲਿਆ। ਅਤੇ ਕਈਆਂ ਦੇ ਧੀ ਪੁੱਤ ਵੀ ਹੈਗੇ ਨੇ, ਅਤੇ ਅੱਜ ਦਾ ਅਜੋਕਾ ਯੁੱਗ ਆ, ਗਰਮਾਇਸ਼ ਬੜੀ ਆ, ਕੋਈ ਮਾਂ ਬਾਪ ਨੂੰ ਝੱਲ ਕੇ ਰਾਜੀ ਨਹੀਂ ਹੈਗਾ। ਭਾਵੇਂ ਬਜ਼ੁਰਗ ਆਪਣੇ ਘਰ 'ਚ ਵੀ ਬੈਠੇ ਨੇ ਪਰ ਦਬਾਅ ਹੇਠ ਬੈਠੇ ਨੇ, ਹਾਲਾਤ ਵੱਲੋਂ ਮਾਂ ਬਾਪ ਨੂੰ ਚਾਚੇ ਤਾਏ ਨੂੰ ਕੋਈ ਬਣਦਾ ਸਤਿਕਾਰ ਨਹੀਂ ਮਿਲਦਾ। ਇਸ ਕਰਕੇ ਇਹ ਫਿਰ ਆਸ਼ਰਮ ਦਾ ਸਹਾਰਾ ਲੈਂਦੇ ਆ। ਜਦੋਂ ਅਸੀਂ ਖੋਲ੍ਹਿਆ ਸੀ ਆਸ਼ਰਮ ਤਾਂ ਸਾਨੂੰ ਕਈ ਬੰਦਿਆਂ ਨੇ ਮਿਹਣਤ ਤਨ ਵੀ ਮਾਰੇ ਸੀ ਵੀ ਇਹ ਬੜੇ ਮਾੜੀ ਗੱਲ ਹੋ ਗਈ ਆ ਵੀ ਇਲਾਕੇ 'ਚ ਆਸ਼ਰਮ ਖੁੱਲ੍ਹ ਗਿਆ ਹੈ, ਪਰ ਨਹੀਂ, ਇਹ ਬੇਸਹਾਰਿਆਂ ਦਾ ਸਹਾਰਾ ਹੈ। ਪਰਿਵਾਰਾਂ ਦੇ ਹੁੰਦੇ ਸੁਣਦਿਆਂ ਵੀ ਕੁਛ ਲੋਕਾਂ ਨੂੰ ਬੇਸਹਾਰਾ ਜਿਹੜਾ ਜ਼ਿੰਦਗੀ ਦਾ ਜੀਵਨ ਜਿਹੜਾ ਉਹ ਬਤੀਤ ਕਰਨਾ ਪੈਂਦਾ ਹੈ, ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪੈਂਦਾ ਹੈ। ਅਜਿਹੇ ਹੀ ਕੁਝ ਲੋਕ ਨੇ ਜਿਹੜੇ ਬਿਰਧ ਆਸ਼ਰਮਾਂ ਦੇ ਵਿੱਚ ਰਹਿ ਰਹੇ ਨੇ। ਅਸੀਂ ਪਹੁੰਚੇ ਹਾਂ ਮੋਰਿੰਡਾ ਦੇ ਪਿੰਡ ਦੁਲਚੀ ਮਾਜਰਾ ਦੇ ਵਿੱਚ, ਜਿੱਥੇ ਕਰਤਾਰ ਬਿਰਧ ਆਸ਼ਰਮ ਹੈ। ਉਸ ਬਿਰਧ ਆਸ਼ਰਮ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਜਿਹੜੇ ਬੇਸਹਾਰਾ ਜਿਹੜੇ ਲੋਕ ਨੇ ਉਹਨਾਂ ਦਾ ਸਹਾਰਾ ਇਹ ਬਿਰਧ ਆਸ਼ਰਮ ਬਣਿਆ, ਅਤੇ ਕਿਹਨਾਂ ਹਾਲਾਤਾਂ ਦੇ ਵਿੱਚ ਅਤੇ ਕਿਉਂ ਇੱਥੇ ਰਹਿਣ ਲਈ ਇਹ ਲੋਕ ਮਜਬੂਰ ਹੋਏ ਨੇ। ਸਭ ਤੋਂ ਪਹਿਲਾਂ ਤਾਂ ਇੱਥੋਂ ਦੇ ਪ੍ਰਬੰਧਕ ਨੇ ਬਾਬਾ ਜੀ ਉਹਨਾਂ ਦੇ ਨਾਲ ਗੱਲ ਸ਼ੁਰੂ ਕਰਦੇ ਹਾਂ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਲੋਕ ਇੱਥੇ ਕਿਉਂ ਪਹੁੰਚੇ, ਕਿਹਨਾਂ ਹਾਲਾਤਾਂ 'ਚ ਪਹੁੰਚੇ, ਅਤੇ ਕਿਉਂ ਆਖਿਰਕਾਰ ਇਹਨਾਂ ਨੂੰ ਜਿਹੜਾ ਇਹ ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪੈ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾਰ ਬਿਰਧ ਆਸ਼ਰਮ ਰੋਪੜ ਰੋਡ ਮੋਰਿੰਡਾ, ਬੂਰ ਮਾਜਰਾ, ਦੁਲਚੀ ਮਾਜਰਾ, ਨੇੜੇ ਗੁਰਦੁਆਰਾ ਕੰਘਾ ਸਾਹਿਬ, ਇਹ ਸਾਧ ਸੰਗਤ ਜੀ 2016 ਦੇ ਵਿੱਚ ਅਸੀਂ ਇਹਨੂੰ ਚਲਾਇਆ। ਇਹਦੇ ਵਿੱਚ ਕਾਫੀ ਬਜ਼ੁਰਗ ਆਉਂਦੇ ਆ, ਕੁਛ ਚਲੇ ਜਾਂਦੇ ਨੇ, ਕਈ ਬਜ਼ੁਰਗ ਆਪਣਾ ਅੰਤਮ ਯਾਤਰਾ ਵੀ ਇੱਥੇ ਪੂਰੀ ਕਰਕੇ ਗਏ ਨੇ। ਇੱਥੇ ਆਉਣ ਦੇ ਕਈ ਕਾਰਨ ਬਣਦੇ ਨੇ, ਕੁਛ ਬਜ਼ੁਰਗ ਇੱਦਾਂ ਦੇ ਆ ਜਿਨ੍ਹਾਂ ਦਾ ਅੱਗੇ ਪਿੱਛੇ ਹੈ ਨਹੀਂ ਕੋਈ, ਭਤੀਜੇ ਭਤੂਜੇ ਵਗੈਰਾ ਹੈਗੇ ਆ, ਪਰ ਲੇਕਿਨ ਉਹਨਾਂ ਦੀ ਜਦੋਂ ਨਾ ਕੇਅਰ ਹੋਈ ਤਾਂ ਉਹਨਾਂ ਨੇ ਸਾਡੇ ਇਸ ਆਸ਼ਰਮ ਦਾ ਸਹਾਰਾ ਲਿਆ। ਅਤੇ ਕਈਆਂ ਦੇ ਧੀ ਪੁੱਤ ਵੀ ਹੈਗੇ ਨੇ, ਅਤੇ ਅੱਜ ਦਾ ਅਜੋਕਾ ਯੁੱਗ ਆ, ਗਰਮਾਇਸ਼ ਬੜੀ ਆ, ਕੋਈ ਮਾਂ ਬਾਪ ਨੂੰ ਝੱਲ ਕੇ ਰਾਜੀ ਨਹੀਂ ਹੈਗਾ। ਭਾਵੇਂ ਬਜ਼ੁਰਗ ਆਪਣੇ ਘਰ 'ਚ ਵੀ ਬੈਠੇ ਨੇ ਪਰ ਦਬਾਅ ਹੇਠ ਬੈਠੇ ਨੇ। ਸਾਨੂੰ ਰੋਜ਼ ਇੱਕ ਦੋ ਫੋਨ ਆਉਂਦੇ ਨੇ, ਕਦੇ ਰੋਪੜ ਤੋਂ ਫੋਨ ਆਉਂਦਾ, ਕਦੇ ਕੁਰਾਲੀ ਤੋਂ, ਕਦੇ ਚੰਡੀਗੜ੍ਹ ਤੋਂ ਸਾਨੂੰ ਫੋਨ ਆਉਂਦੇ ਨੇ। ਅਤੇ ਅਸੀਂ ਉਹਨਾਂ ਨੂੰ ਕਿਹਾ ਹੋਇਆ ਵੀ ਜਦੋਂ ਵੀ ਤੁਹਾਡਾ ਜੀ ਕਰਦਾ ਇੱਥੇ ਆਇਓ, ਕਿਉਂਕਿ ਅੱਜ ਇਕੱਲੀ ਇਕੱਲੀ ਔਲਾਦ ਆ, ਬਹੁਤ ਬੰਦੇ ਦਾ ਛੱਡ ਕੇ ਬਾਹਰ ਲੰਘ ਗਏ ਨੇ, ਉਹਨਾਂ ਦੇ ਵੀ ਸਾਨੂੰ ਕਾਲ ਆਉਂਦੇ ਨੇ। ਕਈ ਅਫੀਸਰ ਲੈਣ ਦੇ ਬੰਦੇ ਵੀ ਸਾਡੇ ਕੋਲ ਇੱਥੇ ਆਉਂਦੇ ਆ ਜਿਨ੍ਹਾਂ ਦੀ ਔਲਾਦ ਉਹਨਾਂ ਨੂੰ ਨਹੀਂ ਸਮਝਦੀ।
ਔਲਾਦ ਦਾ ਜਿਹੜਾ ਕਾਰਨ ਆ ਇਹ ਇਸ ਯੁੱਗ ਦੇ ਵਿੱਚ ਔਲਾਦ ਵੱਲੋਂ ਮਾਂ ਬਾਪ ਨੂੰ ਚਾਚੇ ਤਾਏ ਨੂੰ ਕੋਈ ਬਣਦਾ ਸਤਿਕਾਰ ਨਹੀਂ ਮਿਲਦਾ, ਇਸ ਕਰਕੇ ਇਹ ਫਿਰ ਆਸ਼ਰਮ ਦਾ ਸਹਾਰਾ ਲੈਂਦੇ ਆ। ਜਦੋਂ ਅਸੀਂ ਖੋਲ੍ਹਿਆ ਸੀ ਆਸ਼ਰਮ ਤਾਂ ਸਾਨੂੰ ਕਈ ਬੰਦਿਆਂ ਨੇ ਮਿਹਣਤ ਤਨ ਵੀ ਮਾਰੇ ਸੀ ਵੀ ਇਹ ਬੜੇ ਮਾੜੀ ਗੱਲ ਹੋ ਗਈ ਆ ਵੀ ਇਲਾਕੇ 'ਚ ਆਸ਼ਰਮ ਖੁੱਲ੍ਹ ਗਿਆ ਹੈ, ਪਰ ਨਹੀਂ, ਇਹ ਬੇਸਹਾਰਿਆਂ ਦਾ ਸਹਾਰਾ ਹੈ। ਸਰ ਕੀ ਲੱਗਦਾ ਵੀ ਅੱਜ ਸਮੇਂ ਦੀ ਜ਼ਰੂਰਤ ਇਹੋ ਜਿਹੀ ਬਣ ਗਈ, ਇਹੋ ਜਿਹੇ ਆਸ਼ਰਮ ਖੋਲ੍ਹਣੇ ਪੈ ਗਏ ਤੁਹਾਡੇ ਵਰਗੇ ਲੋਕਾਂ ਨੂੰ, ਕਿ ਕਿੰਨੀ ਜਿਹੜੀ ਤੁਸੀਂ ਇਹਨੂੰ ਸਮਾਜ ਦੇ ਲਈ ਜਿਹੜੀ ਆ ਤ੍ਰਾਸਦੀ ਜਿਹੜੀ ਮੰਨਦੇ ਹੋ? ਨਹੀਂ, ਤ੍ਰਾਸਦੀ ਤਾਂ ਇੱਦਾਂ ਹੈ ਨਾ, ਹੁਣ ਸਾਡੇ ਕੋਲ ਅਸੀਂ ਜ਼ਿਆਦਾ ਯੂਰਪ ਮਾ ਸਾਡੀ ਦੁਨੀਆ ਚਲੇ ਗਈ ਆ, ਯੂਰਪ ਦੇ ਵਿੱਚ ਇਹ ਸਰਕਾਰੀ ਆਸ਼ਰਮ ਨੇ ਖੁੱਲ੍ਹੇ ਹੋਏ, ਜਿੱਥੋਂ ਡਾਲਰ ਪਾਉਣ ਆਉਂਦੇ ਨੇ ਉੱਥੇ ਦਾ ਫਿਰ ਸੱਭਿਆਚਾਰ ਵੀ ਨਾਲ ਨਾਲ ਇੱਥੇ ਆ ਜਾਂਦਾ। ਨਵਾਂਸ਼ਹਿਰ, ਜਲੰਧਰ ਏਰੀਆ, ਕਪੂਰਥਲਾ ਏਰੀਆ ਤਕਰੀਬਨ ਸਾਰਾ ਹੀ ਬਾਹਰ ਗਿਆ ਹੋਇਆ ਹੈ, ਅਤੇ ਉਹਨਾਂ ਦੇ ਜਿਹੜੇ ਬਜ਼ੁਰਗ ਆ ਉਹ ਉਹਨਾਂ ਨੂੰ ਕੋਲ ਨਹੀਂ ਰੱਖ ਸਕਦੇ, ਆਟੋਮੈਟਿਕ ਉਹ ਕਹਿੰਦੇ ਪੈਸੇ ਲੈ ਲਓ ਸਾਡੇ ਬਜ਼ੁਰਗ ਨੂੰ ਸਾਂਭੋ। ਪਰ ਅਸੀਂ ਹਾਲ ਤੱਕ ਇਹ ਜਿੰਨੇ ਵੀ ਬਜ਼ੁਰਗ ਰੱਖੇ ਹੋਏ ਆ ਸਾਰੇ ਨਿਸਕਾਮ ਸੇਵਾ ਵਾਲੇ ਆ, ਅਸੀਂ ਸਭ ਨਿਸਕਾਮ ਰੱਖੇ ਹੋਏ ਆ, ਅਸੀਂ ਕਿਸੇ ਤੋਂ ਹਾਲ ਤੱਕ ਕੋਈ ਪੈਸਾ ਚਾਰਜ ਨਹੀਂ ਇੱਥੇ ਕੀਤਾ। ਤੁਸੀਂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਮਨਸੂਬਾ ਹੈ ਜੀ, ਮਨਸੂਬਾ। ਹਾਂਜੀ, ਅਤੇ ਫਿਰ ਇੱਥੇ ਕਿੱਦਾਂ ਪਹੁੰਚ ਗਏ, ਕੀ ਜ਼ਰੂਰਤ ਪੈ ਗਈ ਵੀ ਬਿਰਧ ਆਸ਼ਰਮ ਦੇ ਵਿੱਚ ਰਹਿਣਾ ਪੈ ਗਿਆ? ਰਹਿਣਾ ਪੈ ਜਾਂਦਾ ਜੀ, ਕੋਈ ਪੁੱਛਦਾ ਜੀ ਕਿਸੇ ਦਾ ਨਹੀਂ, ਫਿਰ ਰਹਿਣਾ ਪੈ ਜਾਂਦਾ ਜੀ। ਹਾਂਜੀ, ਬੱਚੇ ਹੈਗੇ ਤੁਹਾਡੇ? ਬੱਚੇ ਨਹੀਂ ਹੈਗੇ। ਅੱਛਾ, ਭਤੀਜੇ ਹੈਗੇ ਜੀ। ਭਤੀਜੇ ਹੈਗੇ ਆ, ਜ਼ਮੀਨ ਜਾਇਦਾਦ ਹੈਗੀ ਤੁਹਾਡੇ ਕੋਲ? ਜ਼ਮੀਨ ਜਾਇਦਾਦ ਪਰ ਹੈਗੀ, ਮੈਂ ਕਿਆ ਕਰੂੰਗੇ ਜੀ, ਜਾਂ ਕੋਈ ਪੁੱਛਦਾ ਨਹੀਂ ਘਰਾਂ ਜੀ। ਅੱਛਾ, ਹਾਂਜੀ, ਘਰਾਂ ਨਾ ਪੁੱਛਣ ਕਰਕੇ ਫਿਰ ਸਾਰਾ ਦਿਨ ਇੱਥੇ ਰਹਿੰਦੇ ਹੋ? ਹਾਂਜੀ, ਇੱਥੇ ਰਹਿੰਦੇ, ਜਿੰਨੀ ਸੇਵਾ ਆਉਂਦੀ ਉਨੀ ਕਰਦੇ ਜੀ। ਅਤੇ ਉੱਥੇ ਸੁਵਿਧਾ ਜਿਹੜੀ ਹੈ, ਖਾਣ ਪੀਣ ਸਾਰਾ ਕੁਛ ਠੀਕ ਠਾਕ ਵਧੀਆ ਮਿਲਦਾ? ਹਾਂਜੀ, ਐਨ ਵਧੀਆ ਮਿਲਦਾ ਜੀ। ਪਰ ਕਿੰਨਾ ਕੁ ਮਹਿਸੂਸ ਹੁੰਦਾ ਮਨ ਨੂੰ ਵੀ ਜਦੋਂ ਆਪਣੇ ਨਹੀਂ ਪੁੱਛਦੇ ਤਾਂ ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪੈ ਰਿਹਾ ਤੁਹਾਨੂੰ? ਹਾਂਜੀ, ਬਹੁਤ ਵਧੀਆ ਮਿਲਦਾ ਲੱਗਦਾ ਜੀ ਸਾਨੂੰ। ਨਹੀਂ, ਜਦੋਂ ਆਪਣੇ ਨਹੀਂ ਪੁੱਛਦੇ ਤਾਂ ਕਿੱਦਾਂ ਦਾ ਮਹਿਸੂਸ ਹੁੰਦਾ ਵੀ ਆਪਣਾ ਜਿਹੜਾ ਤੁਹਾਡੇ ਪਰਿਵਾਰਕ ਮੈਂਬਰ ਹੈ ਤੁਹਾਨੂੰ ਪੁੱਛਣੋਂ ਹਟ ਗਏ, ਤੁਹਾਨੂੰ ਇੱਥੇ ਰਹਿਣਾ ਪੈ ਗਿਆ ਆ ਕੇ ਪਰਿਵਾਰ ਘਰ ਬਾਰ ਛੱਡ ਕੇ? ਦੇਖੋ ਜੀ, ਸਾਨੂੰ ਤਾਂ ਬਾਬਾ ਜੀ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਦੀ ਹੋ ਰਹੀ ਹੈ ਜੀ ਦੇਖਭਾਲ, ਜਾਣੀ ਕਿ ਸਾਨੂੰ ਬਹੁਤ ਵਧੀਆ ਸਕੂਨ ਮਿਲਦਾ ਜੀ ਉਰੇ ਰਹਿ ਕੇ ਜੀ। ਬਾਬਾ ਜੀ, ਕੀ ਕੀ ਤੁਹਾਡਾ ਨਾਮ ਹੈ ਜੀ? ਕਰਨੈਲ ਸਿੰਘ। ਕਰਨੈਲ ਸਿੰਘ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਇੱਥੇ ਨਜ਼ਦੀਕ ਹੈ ਜੀ, ਪਪਰਾਲੀ ਪਿੰਡ ਹੈ। ਅੱਛਾ, ਅਤੇ ਕੀ ਮਜਬੂਰੀ ਬਣ ਗਈ ਵੀ ਪਰਿਵਾਰ ਨੂੰ ਘਰ ਨੂੰ ਛੱਡ ਕੇ ਬਿਰਧ ਆਸ਼ਰਮ ਦਾ ਸਹਾਰਾ ਲੈਣਾ ਪੈ ਗਿਆ? ਉਹ ਤਾਂ ਜੀ ਇੱਥੇ ਹੁਣ ਘਰ ਨਿਆਣੇ ਤਕੜੇ ਹੋ ਜਾਂਦੇ ਜੀ, ਫਿਰ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਬੈਠ ਨਹੀਂ ਹੁੰਦਾ, ਰਹਿ ਨਹੀਂ ਹੁੰਦਾ ਤਾਂ ਬਾਬਾ ਜੀ। ਬੱਚੇ ਮਤਲਬ ਕਿ ਪੁੱਛਦੇ ਨਹੀਂ ਹੈ? ਬੱਚੇ ਜ਼ਮੀਨ ਜਾਇਦਾਦ ਨਾ ਹੋਣ ਕਰਕੇ ਨਹੀਂ ਪੁੱਛਦੇ ਜਾਂ ਜ਼ਮੀਨ ਜਾਇਦਾਦ ਹੈਗੀ ਹੈ? ਨਾ ਨਾ, ਜ਼ਮੀਨ ਨਹੀਂ ਹੈ। ਅੱਛਾ, ਜ਼ਮੀਨ ਜ਼ਮੂਨ ਹੈ ਨਹੀਂ ਤਾਂ ਕਰਕੇ ਬੱਚਿਆਂ ਨੇ ਫਿਰ ਨਹੀਂ ਪੁੱਛਣਾ ਬੰਦ ਕਰਤਾ ਹੈ। ਪਰ ਕਿੰਨਾ ਕੁ ਮਨ ਨੂੰ ਜਿਹੜਾ ਉਹ ਹੁੰਦਾ ਅਫਸੋਸ ਹੁੰਦਾ ਵੀ ਪਰਿਵਾਰ ਜਿਹੜੇ ਜਿਹਨਾਂ ਬੱਚਿਆਂ ਨੂੰ ਆਪ ਪਾਲਿਆ ਹੁੰਦਾ, ਆਪ ਵੱਡੇ ਕੀਤਾ ਹੁੰਦਾ, ਮਿਹਨਤਾਂ ਕਰਕੇ ਘਰ ਬਣਾਏ, ਸਭ ਕੁਛ ਕੀਤਾ, ਪਰ ਅਖੀਰ ਦੇ ਵਿੱਚ ਇਸ ਉਮਰੇ ਉਹ ਘਰ ਵੀ ਛੱਡਣੇ ਪੈ ਗਏ, ਉਹ ਬੱਚੇ ਵੀ ਛੱਡਣੇ ਪੈ ਗਏ ਔਰ ਬਿਰਧ ਆਸ਼ਰਮ 'ਚ ਰਹਿਣਾ ਪੈ ਗਿਆ? ਇਹ ਤਾਂ ਠੀਕ ਹੈ ਜੀ, ਆਹ ਸਾਡੇ ਮਾਂ ਬਾਪ ਇਹਨਾਂ ਕੋਲ ਰਹਿੰਦੇ ਹਾਂ, ਅਸੀਂ ਜੇ ਛੱਡ ਦਿੱਤਾ ਅਸੀਂ ਲੈਣਾ ਕਿਆ, ਆਹ ਸਾਡਾ ਮਾਂ ਬਾਪ ਬੈਠਾ, ਸਾਨੂੰ ਸੰਭੀਲਿਆ ਹੋਇਆ, ਸਾਨੂੰ ਸਾਂਭਿਆ ਹੋਇਆ, ਇੱਥੇ ਰਹਿਣ ਦੇ ਪ੍ਰਬੰਧ ਸਾਰੇ ਠੀਕ ਨੇ? ਵਧੀਆ, ਠੀਕ ਹੈ ਜੀ, ਬਿਲਕੁਲ ਸਹੀ ਹੈ। ਰੋਟੀ ਪਾਣੀ ਵਧੀਆ ਮਿਲਦਾ? ਰੋਟੀ ਪਾਣੀ ਵਧੀਆ, ਲੰਗਰ। ਤੁਸੀਂ ਕਿੱਥੋਂ ਬਾਬਾ ਜੀ? ਕੀ ਨਾਮ? ਗੁਰਦਾਸਪੁਰ। ਗੁਰਦਾਸਪੁਰ ਤੋਂ? ਬੜੀ ਦੂਰੋਂ ਇੱਥੇ ਰਹਿਣਾ ਸ਼ੁਰੂ ਕਰ ਆਏ? ਹਾਂ, ਬੜੀ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ? 25 ਸਾਲ ਤੋਂ। ਇੱਥੇ ਇਹਨਾਂ ਦੀ ਸਾਧਨ ਦੀ ਸਾਂਭ ਸੰਭਾਲ ਦੀ ਸੇਵਾ ਤੁਸੀਂ ਕਰਦੇ ਹੋ? ਹਾਂਜੀ। ਹੋਰ ਵੀ ਨੇ? ਕੀ ਤੁਹਾਡਾ ਸ਼ੁਭ ਨਾਮ ਜੀ? ਹਰਦੀਪ ਸਿੰਘ ਹੈ ਜੀ। ਕਿਹੜੇ ਇਲਾਕੇ ਦੇ ਰਹਿਣ ਵਾਲੇ? ਖੰਨੇ ਕੋਲ ਖੱਟੜਾ ਪਿੰਡ ਹੈ ਜੀ। ਅੱਛਾ,
ਕੀ ਮਜਬੂਰੀ ਬਣ ਗਈ ਇੱਥੇ ਰਹਿਣਾ ਘਰ ਪਰ ਛੱਡ ਕੇ? ਭਾਈ ਭਰਜਾਈ ਪੁੱਛਦੇ ਨੀ ਗੇ ਜੀ। ਅੱਛਾ, ਤਾਂ ਆਏ ਜੀ ਇਹਨਾਂ ਕੋਲ। ਕਿੰਨੇ ਬੱਚੇ ਤੁਹਾਡੇ? ਵਿਆਹ ਨੀ ਕਰਾਇਆ ਜੀ। ਅੱਛਾ, ਵਿਆਹ ਨੀ ਕਰਾਇਆ? ਹਾਂਜੀ। ਬਾਕੀ ਪਰਿਵਾਰ ਚ ਕੋਈ ਹੈਗੇ ਹੋਰ? ਮੰਮੀ ਹੈਗੇ ਜੀ, ਉਹ ਵੀ ਭੈਣ ਕੋਲੇ ਰਹਿੰਦੀ ਹੈ ਜੀ, ਉਹਨੂੰ ਵੀ ਪੁੱਛਦੇ। ਅੱਛਾ, ਕੌਣ ਨੀ ਪੁੱਛਦਾ? ਭਾਈ ਭਰਜਾਈ ਨੀ ਪੁੱਛ ਰਹੇ ਜੀ। ਭਾਈ ਭਰਜਾਈ? ਹਾਂਜੀ। ਕੀ ਜ਼ਮੀਨ ਜਾਇਦਾਦ ਕਰਕੇ ਕੋਈ ਚੱਕਰ ਹੈ ਘਰ ਦੇ ਵਿੱਚ ਜਾਂ ਕੀ? ਕੀ ਕਿਉਂ ਨਹੀਂ ਪੁੱਛਦੇ ਘਰ? ਜ਼ਮੀਨ ਵੀ ਉਹਨਾਂ ਨੇ ਨਾ ਲਵਾ ਲਈ ਜੀ ਆਪਦੇ। ਅੱਛਾ, ਹਾਂਜੀ। ਤੇ ਹੁਣ ਇੱਥੇ ਠੀਕ ਹੈ? ਇੱਥੇ ਕਿੰਨੀ ਦੇਰ ਤੋਂ ਰਹਿ ਰਹੇ ਹੋ? ਇੱਥੇ ਤਾਂ ਮੈਂ ਬਾਬਾ ਜੀ ਕੋਲ ਬਹੁਤ ਚੜਦਾ ਰਹਿੰਦਾ ਜੀ। ਅੱਛਾ, ਹਾਂਜੀ, ਬਿਲਕੁਲ। ਇਹ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਨੇ। ਕੁਛ ਹੋਰ ਬਜ਼ੁਰਗਾਂ ਦੇ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ, ਉਹਨਾਂ ਤੋਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੀਬੀਆਂ ਨੇ ਇੱਥੇ ਬਿਰਧ ਆਸ਼ਰਮ ਦੇ ਵਿੱਚ ਰਹਿ ਰਹੀਆਂ, ਉਹਨਾਂ ਬੀਬੀਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਬੀਬੀ ਜੀ, ਕੀ ਨਾਮ ਤੁਹਾਡਾ? ਸਵਰਨ ਕੌਰ ਵੀਰ ਜੀ। ਸਵਰਨ ਕੌਰ ਜੀ, ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸੀਂ ਖੰਨੇ ਤੋਂ ਆਏ ਹਾਂ ਵੀਰ ਜੀ। ਅੱਛਾ, ਬੀਬੀ ਜੀ, ਕੀ ਮਜਬੂਰੀ ਬਣ ਗਈ ਆਪਣਾ ਘਰ ਬਾਰ ਛੱਡ ਕੇ ਇੱਥੇ ਬਿਰਧ ਆਸ਼ਰਮ ਦੇ ਵਿੱਚ ਰਹਿਣਾ ਪੈ ਰਿਹਾ? ਤੇ ਵੀਰ ਜੀ, ਮੈਨੂੰ ਨਿਆਣਿਆਂ ਨੇ ਕੁੱਟਿਆ ਮੇਰਿਆਂ ਨੇ। ਅੱਛਾ, ਮੈਂ ਫਿਰ ਉੱਥੇ ਆਪਣੀ ਭੈਣ ਕੋਲ ਆ ਗਈ, ਉੱਥੇ ਕਈ ਸਾਲ ਰਹੀ, ਫਿਰ ਮੈਂ ਆਪਣੇ ਪੇਕੀ ਆ ਗਈ ਕਕਰਾਲੇ। ਕਿੰਨੇ ਕਿੰਨੇ ਬੱਚੇ ਤੁਹਾਡੇ? ਬੱਚੇ ਤਿੰਨ ਨੇ ਤੁਹਾਡੀ ਵਰਗੀ। ਅੱਛਾ, ਮੁੰਡੇ ਹੀ ਮੁੰਡੇ ਨੇ, ਕੁੜੀ ਕੋਈ ਨਹੀਂ ਹੈਗੀ। ਫਿਰ ਤਿੰਨੋਂ ਮੁੰਡੇ ਰੱਖਦਾ ਤੁਹਾਨੂੰ ਕੋਈ ਨਹੀਂ ਘਰ? ਕੋਈ ਨਹੀਂ ਰੱਖਦਾ ਹੈਗਾ ਪੁੱਤ। ਉਹ ਕਿਉਂ? ਬਸ ਕਹਿੰਦੇ ਪੈਸੇ ਲਿਆ ਆਪਣੇ ਆਦਮੀ ਤੋਂ। ਮੈਂ ਕਿੰਨਾ ਚਿਰ ਹੋ ਗਿਆ ਉਹਨੇ ਪਹਿਲਾਂ ਕੱਢੀ ਨੂੰ, ਮੈਂ ਉਹਦੇ ਪੈਸੇ ਕਿਵੇਂ ਲਿਆ? ਮੈਂ ਚੋਰੀ ਵਿਆਹ ਕਰਵਾ ਲਿਆ, ਦੋ ਨਿਆਣੇ ਵਾਲੀ ਮਾਂ ਨੂੰ ਲਿਆਇਆ, ਮੈਂ ਕਿੱਥੋਂ ਦਵਾਂ ਪੁੱਤ ਪੈਸੇ? ਮੈਂ ਰਾਹ ਬੈਠੀ ਆ। ਚਮਕਾ, ਤੁਸੀਂ ਇੱਥੇ ਬੈਠੇ ਹੋ, ਕਦੇ ਆਉਂਦੇ ਬੱਚੇ ਮਿਲਣ ਆਉਂਦੇ ਤੁਹਾਨੂੰ? ਨਾ ਵੀਰ ਜੀ, ਕੋਈ ਨਹੀਂ ਆਉਂਦਾ, ਬਸ ਮੇਰਾ ਤਾਂ ਬਾਈ ਉਹ ਹੈ, ਇਹੀ ਸਭ ਕੁਛ ਕਰਦਾ। ਕਦੇ ਕਦੇ ਬੱਚਿਆਂ ਦੇ ਹਾਲ ਚਾਲ ਜਾਣਨ ਦੀ ਕੋਸ਼ਿਸ਼ ਨਹੀਂ ਕਰੀ ਤੁਸੀਂ? ਕਿਹਨਾਂ ਹਾਲਾਤ ਨਹੀਂ ਕਰੀ ਹੈਗੀ? ਉਹ ਮੇਰੀ ਨਹੀਂ ਕਰਦੇ, ਮੈਂ ਕਿੱਦਾਂ ਕਰਾਂ? ਮੈਂ ਨਹੀਂ ਕਰਦੀ, ਮੇਰਾ ਤਾਂ ਹੁਣ ਦਿਲ ਢੀਠ ਹੋ ਗਿਆ ਹੁਣ ਨਹੀਂ। ਕਿੰਨਾ ਕੁ ਮਨ ਦੁਖੀ ਹੁੰਦਾ ਵੀ ਆਪਣੇ ਬੱਚੇ ਹੋਣ ਦੇ ਬਾਵਜੂਦ, ਘਰ ਪਰਿਵਾਰ ਹੋਣ ਦੇ ਬਾਵਜੂਦ ਇੱਥੇ ਰਹਿਣਾ ਪੈ ਰਿਹਾ? ਇਹ ਤਾਂ ਫਿਰ ਹੁਣ ਦਿਲ 'ਚ ਹੈ, ਕੀ ਕਰੀਏ, ਕਿਹਨੂੰ ਕਿਵੇਂ ਦੱਸਾਂ? ਫਿਰ ਮਨ ਡੁੱਲਦਾ, ਫਿਰ ਮਨ ਡੁੱਲਦਾ ਬਾਈ, ਕੁਛ ਕਹਿ ਨਹੀਂ ਸਕਦੀ ਮੈਂ, ਬੜਾ ਮਨ ਦੁੱਖ ਦੁਖੀ ਹੁੰਦਾ। ਜਿਹਦੇ ਅੱਜ ਤਿੰਨ ਬੱਚੇ ਹੋਣ, ਮਾਂ ਧੱਕੇ ਖਾਂਦੀ ਫਿਰਦੀ ਹੋਏ, ਫਿਰ ਕੀ ਫਾਇਦਾ? ਆਪ ਆਪ ਜੰਮੇ ਤੇ ਆਪ ਪਾਲੇ, ਵੱਡੇ ਕੀਤੇ, ਤੇ ਅੱਜ ਜਦੋਂ ਬੱਚਿਆਂ ਨੂੰ, ਜਦੋਂ ਤੁਹਾਨੂੰ ਬੱਚਿਆਂ ਦੀ ਲੋੜ ਪੈ ਗਈ ਤਾਂ ਤੁਸੀਂ ਇੱਥੇ? ਫਿਰ ਮੈਂ ਧੱਕੇ ਖਾਂਦੀ ਫਿਰਦੀ ਹਾਂ। ਮੈਨੂੰ ਤਾਂ ਇਹੀ ਮਾਪਾ ਹੈ ਜਿਹਨੇ ਮੈਨੂੰ ਇੱਥੇ ਆਪਣੇ ਕਮਰਾ ਦਿੱਤਾ, ਬੈਠਣ ਨੂੰ, ਖੜਨੇ ਨੂੰ ਸਾਰਾ ਕੁਝ ਦਿੱਤਾ, ਮੈਂ ਕਿਸੇ ਨੂੰ ਚੇਤੇ ਨਹੀਂ ਕਰ ਸਕਦੀ। ਹਾਲਾਤ ਨੇ, ਹੋਰ ਬੀਬੀਆਂ ਵੀ ਨੇ। ਬੀਬੀ ਜੀ, ਕੀ ਤੁਹਾਡਾ ਕੀ ਨਾਮ ਹੈ? ਕੁਲਵਿੰਦਰ ਕੌਰ। ਤੁਸੀਂ ਇੱਥੇ ਸੇਵਾ ਕਰਦੇ ਹੋ, ਇਹਨਾਂ ਦੇ ਬੀਬੀਆਂ ਦੀ ਸਾਂਭ ਸੰਭਾਲ ਕਰਦੇ ਹੋ? ਹਾਂਜੀ। ਕੀ ਲੱਗਦਾ ਜਿਹਨਾਂ ਹਾਲਾਤਾਂ ਦੇ ਵਿੱਚ ਇਹ ਬੀਬੀਆਂ ਇੱਥੇ ਆਈਆਂ, ਤਾਂ ਹੁਣ ਇੱਥੇ ਆਉਣ ਤੋਂ ਬਾਅਦ ਇਹਨਾਂ ਦੇ ਕੁਛ ਹਾਲਾਤ ਜਿਹੜੇ ਨੇ ਉਹ ਸੁਧਰੇ ਨੇ? ਹਾਂਜੀ ਹਾਂਜੀ, ਬਿਲਕੁਲ ਸੁਧਰੇ ਨੇ ਜੀ। ਕਿੰਨੀ ਦੇਰ ਤੋਂ ਸੇਵਾ ਇੱਥੇ ਕਰਦੇ ਹੋ? ਮੈਨੂੰ 9ਵਾਂ ਸਾਲ ਲੱਗਿਆ ਹੋਇਆ ਜੀ। ਹਾਂਜੀ, 9 ਸਾਲ ਤੋਂ ਇਹਨਾਂ ਬੀਬੀਆਂ ਨੂੰ ਮਿਲਦੇ ਹੋ, ਇਹਨਾਂ ਦੀ ਸੇਵਾ ਕਰਦੇ ਹੋ, ਜਿਹਨਾਂ ਬੀਬੀਆਂ ਦਾ ਸਹਾਰਾ ਬਿਰਧ ਆਸ਼ਰਮ ਬਣ ਰਿਹਾ ਹੈਗਾ, ਤੇ ਕਿੱਦਾਂ ਦੀਆਂ ਇਹਨਾਂ ਦੀਆਂ ਸਮੱਸਿਆਵਾਂ ਜਾਂ ਕਿੱਦਾਂ ਨੇ ਇਹਨਾਂ ਦੇ ਘਰਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਉਹ ਰਹਿੰਦੀਆਂ ਨੇ? ਦਿੱਕਤਾਂ ਇਹਨਾਂ ਨੂੰ ਕਰਦੇ ਹੈਗੀਆਂ ਜੀ, ਉਰੇ ਇਹਨਾਂ ਦੇ ਸਾਰੀਆਂ ਪ੍ਰੋਬਲਮਾਂ ਪੂਰੀਆਂ ਹੁੰਦੀਆਂ ਹੈ ਜੀ, ਸਾਰੀ ਇਹਨਾਂ ਦਾ ਸਭ ਕੁਛ ਮਿਲਦਾ ਇਹਨਾਂ ਨੂੰ ਜੀ। ਹਾਂਜੀ, ਇਹ ਸਨ ਕਰਤਾਰ ਬਿਰਧ ਆਸ਼ਰਮ ਦੇ ਵਿੱਚ ਰਹਿ ਰਹੇ ਉਹ ਲੋਕ ਜਿਹਨਾਂ ਦਾ ਇਹ ਬਿਰਧ ਆਸ਼ਰਮ ਸਹਾਰਾ ਬਣਿਆ ਹੋਇਆ ਹੈ।
ਔਰ ਇੱਥੇ ਇਹ ਲੋਕ ਜਿਹੜੇ ਨੇ ਆਪਣੇ ਘਰ ਬਾਰ ਛੱਡ ਕੇ ਇੱਥੇ ਰਹਿਣ ਦੇ ਲਈ ਮਜਬੂਰ ਨੇ, ਕਿਉਂਕਿ ਘਰਾਂ ਦੇ ਹਾਲਾਤ ਜਿਹੜੇ ਨੇ ਉਸ ਸਮੇਂ ਦੇ ਹਿਸਾਬ ਦੇ ਨਾਲ ਇਹੋ ਜਿਹੇ ਬਣ ਗਏ ਵੀ ਇਹਨਾਂ ਦੇ ਜਿਹੜੇ ਬੱਚੇ ਹੈ ਉਹ ਇਹਨਾਂ ਨੂੰ ਪੁੱਛ ਨਹੀਂ ਰਹੇ, ਜਾਂ ਇਹਨਾਂ ਦੇ ਪਰਿਵਾਰਕ ਮੈਂਬਰ ਹੈ ਉਹ ਇਹਨਾਂ ਦੀ ਬਿਲਕੁਲ ਵੀ ਜਿਹੜੀ ਪਰਵਾਹ ਜਾਂ ਇਹਨਾਂ ਦੀ ਕੇਅਰ ਜਿਹੜੀ ਆ ਉਹ ਕਰਨ ਤੋਂ ਛੱਡ ਚੁੱਕੇ ਨੇ। ਤਾਂ ਇਸ ਕਰਕੇ ਇਹ ਬਿਰਧ ਆਸ਼ਰਮ ਜਿਹੜਾ ਇਹਨਾਂ ਬਜ਼ੁਰਗਾਂ ਦਾ ਸਹਾਰਾ ਬਣਿਆ ਹੋਇਆ ਅਤੇ ਇੱਥੇ ਇਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਉਹ ਦਿੱਤੀ ਜਾ ਰਹੀ ਹੈ, ਇਹਨਾਂ ਦੀ ਸਾਂਭ ਸੰਭਾਲ ਇੱਥੇ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਜਿਸ ਤਰੀਕੇ ਦੇ ਨਾਲ ਇੱਥੋਂ ਦੇ ਪ੍ਰਬੰਧਕਾਂ ਨੇ ਦੱਸਿਆ, ਕਈ ਬਜ਼ੁਰਗ ਤਾਂ ਅਜਿਹੇ ਵੀ ਨੇ ਜਿਹਨਾਂ ਦੀਆਂ ਅੰਤਿਮ ਰਸਮਾਂ ਤੱਕ ਵੀ ਜਿਹੜੀਆਂ ਉਹ ਇੱਥੇ ਹੀ ਕੀਤੀਆਂ ਜਾਂਦੀਆਂ ਨੇ। ਤਾਂ ਇਹ ਸਮਾਜ ਦੇ ਲਈ ਇੱਕ ਵੱਡੀ ਤ੍ਰਾਸਦੀ ਵੀ ਹੈ ਅਤੇ ਇਹ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਇਹ ਵੱਡੀ ਸੇਵਾ ਵੀ ਜਿਹੜੀ ਹੈ ਇਸ ਆਸ਼ਰਮ ਦੇ ਵੱਲੋਂ ਉਹਨਾਂ ਬਜ਼ੁਰਗਾਂ ਦੀ ਜਿਹੜੀ ਕੀਤੀ ਜਾ ਰਹੀ ਹੈ, ਜਿਹੜੇ ਬਜ਼ੁਰਗਾਂ ਦਾ ਜਿਹੜਾ ਉਹਨਾਂ ਦੇ ਪਰਿਵਾਰ ਸਹਾਰਾ ਛੱਡ ਗਏ। ਕੈਮਰਾਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ, ਪੀ ਟੀ ਸੀ ਨਿਊਜ਼, ਮੋਰਿੰਡਾ, ਰੋਪੜ।